ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਲੀ ਨੇੜੇ ਆ ਰਹੀ ਹੈ। ਮੈਂ ਅੱਗੇ ਵੀ ਕਿਹਾ ਸੀ, ਗੁਰੂ ਨਾਨਕ ਦਾ ਗਰੁੱਪ ਵਿੱਚ ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਪੰਥ ਦੀ ਗੱਲ ਕਰਦੇ ਹਾਂ ਜਾਂ ਹੈਲਥ ਦੀ ਗੱਲ ਕਰਦੇ ਹਾਂ। ਜੇ ਹੈਲਥ ਨਹੀਂ ਤੇ ਪੰਥ ਵੀ ਨਹੀਂ, ਜੇ ਹੈਲਥ ਨਹੀਂ ਤਾਂ ਸਿਮਰਨ ਵੀ ਨਹੀਂ, ਜੇ ਹੈਲਥ ਨਹੀਂ ਤਾਂ ਸੁਰਤੀ ਵੀ ਨਹੀਂ, ਹੈਲਥ ਨਹੀਂ ਤਾਂ ਗੁਰਸਿੱਖੀ ਵੀ ਨਹੀਂ। ਕਿਉਂਕਿ ਮੈਂ ਬਿਮਾਰ ਹੋ ਕੇ ਦੇਖਿਆ ਤੇ ਜਦੋਂ ਮੈਂ ਹਸਪਤਾਲ ਗਿਆ ਸੀ ਤਾਂ ਇੱਕੋ ਹੀ ਅਰਦਾਸ ਕਰਦਾ, ਸੱਚੇ ਪਾਤਸ਼ਾਹ ਤੈਨੂੰ ਗਾਲਾਂ ਕੱਢਦਾ ਹੋਵੇ ਨਾ ਕੋਈ ਬੰਦਾ, ਉਹਨੂੰ ਵੀ ਹਸਪਤਾਲ ਨਾ ਲਿਆਈ। ਮੈਂ ਮਤਲਬ ਹਸਪਤਾਲ ਇੰਨਾ ਤੰਗ ਰਿਹਾ ਸੀ, ਤੇਰਾ ਕਾਮਰੇਡ ਵੀ ਹੋਣ ਤੈਨੂੰ ਮੰਨਣ ਨਾ ਮੰਨਣ ਪਰ ਕਿਰਪਾ ਕਰੀ ਉਹਨੂੰ ਹਸਪਤਾਲ ਨਾ ਲਿਆਈ, ਤੁਹਾਨੂੰ ਤੰਦਰੁਸਤੀ ਨਹੀਂ ਤੇ ਕੁਛ ਵੀ ਨਹੀਂ। ਹੁਣ ਦੀਵਾਲੀ ਆ ਰਹੀ ਹੈ ਤਾਂ ਤੁਸੀਂ ਸਾਰਿਆਂ ਨੇ ਮਠਿਆਈ ਵਰਤਣੀ, ਤੇ ਮੈਂ ਹੱਥ ਜੋੜ ਕੇ ਜਿਹੜੀ ਬੇਨਤੀ ਕਰਨ ਲੱਗਾ ਨਿਮਰਤਾ ਸਹਿਤ ਕਿ ਮਠਿਆਈ ਨਾ ਲਿਓ, ਆਪਣਾ ਟੱਬਰ ਬਿਮਾਰ ਨਾ ਕਰੋ, ਬਹੁਤ ਲੈਣਾ ਤੇ ਬੇਸਣ ਲੈ ਲਓ, ਜਲੇਬੀ ਲੈ ਲਓ, ਮਠਿਆਈ ਨਾ ਲਿਓ। ਮਠਿਆਈ ਇੱਕ ਖੰਡ ਹੈ, ਇੱਕ ਸਿੰਥੈਟਿਕ ਹੈ, ਇਹ ਗੱਲ ਯਾਦ ਰੱਖਣਾ, ਇੱਕ ਸਿੰਥੈਟਿਕ ਹੈ। ਮੈਂ ਤੁਹਾਨੂੰ ਇੱਕ ਬਿਲਕੁਲ ਪ੍ਰੈਕਟੀਕਲ ਲਾਈਫ ਦੱਸ ਰਿਹਾ। ਡੀ ਸੀ ਕਪੂਰਥਲਾ ਨੇ ਸਾਰੇ ਹਲਵਾਈ ਇਕੱਠੇ ਕਰਕੇ ਕਿਹਾ ਕਿ ਦੀਵਾਲੀ ਆ ਰਹੀ ਹੈ, ਦੇਖੋ ਸਿੰਥੈਟਿਕ ਮਿਠਾਈ ਨਹੀਂ ਲਿਆਉਣੀ, ਤੇ ਉਹਨਾਂ ਦੀ ਯੂਨੀਅਨ ਸੀ। ਉਹ ਪ੍ਰਧਾਨ ਬੋਲਿਆ, ਜੀ ਡੀ ਸੀ ਸਾਹਿਬ ਤੁਸੀਂ ਗੱਲ ਕਹਿਤੀ ਆ, ਮੈਨੂੰ ਦੁੱਧ ਲਿਆ ਕੇ ਦਿਓ, ਮੈਨੂੰ ਪਿਓਰ ਦੁੱਧ ਲਿਆ ਦਿਓ, ਅਸੀਂ ਮਠਿਆਈ ਬਣਾ ਲਾਂਗੇ। ਡੀ ਸੀ ਦੁੱਧ ਕਿੱਥੋਂ ਲਿਆਵੇ, ਦੁੱਧ ਹੈ ਹੀ ਨਹੀਂ ਉਹਨਾਂ। ਸਾਰੀ ਸਾਡੀ ਮਠਿਆਈ ਸਿੰਥੈਟਿਕ ਹੈ। ਉਹ ਕਹਿੰਦਾ ਇਹਦੇ ਨਾਲ ਤਾਂ ਸਾਰੇ ਬਿਮਾਰ ਹੋ, ਕਹਿੰਦਾ ਬਿਮਾਰ ਹੋ ਜਾਣ ਜਾਂ ਮਰਨ, ਪਰ ਸਾਡੇ ਕੋਲ ਦੁੱਧ ਹੀ ਹੈ ਨਹੀਂ, ਸਾਰੀ ਮਠਿਆਈ ਸਿੰਥੈਟਿਕ ਹੈ। ਤੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਅੱਜ ਮੇਰੀ ਸੁਰਤੀ ਵਿੱਚ ਬੜਾ ਖਿਆਲ ਆਇਆ ਕਿ ਪੰਜਾਬ ਦੇ ਹਸਪਤਾਲ ਬੰਦ ਹੋ ਸਕਦੇ ਆ। ਤੁਸੀਂ 15 ਗਮਲੇ ਆਪਣੇ ਘਰ 'ਚ ਰੱਖੋ, ਟੱਬਰ ਦੇ ਹਿਸਾਬ ਨਾਲ, ਥੋੜ੍ਹਾ ਟੱਬਰ ਹੈ ਛੋਟਾ ਗਮਲਾ, ਵੱਡਾ ਟੱਬਰ ਹੈ ਵੱਡਾ ਗਮਲਾ, ਸ਼ਾਮ ਵਿੱਚ ਰੱਖਣੇ ਆ। ਇੱਕ ਦਿਨ ਰੋਜ਼ ਗਮਲੇ ਵਿੱਚ ਕਣਕ ਬੀਜਣੀ ਹੈ, ਦੂਏ ਦਿਨ ਦੂਏ, ਚਤੀਏ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਗਿਆਰਵੇਂ ਬਾਰਵੇਂ ਤੇਰਵੇਂ ਚੌਦਵੇਂ ਪੰਦਰਵੇਂ ਚ। ਜਦੋਂ ਤੁਸੀਂ 15ਵੇਂ ਚ ਕਣਕ ਰੋਜ਼ ਬੀਜਣੀ ਹੈ ਤਾਂ ਪਹਿਲੇ ਚ ਕਣਕ ਉੱਗ ਪੈਣੀ ਹੈ, ਉਹਨੂੰ ਪਿਆਰ ਨਾਲ ਜੜੋਂ ਪੁੱਟ ਲਓ, ਜੜੋਂ ਪੁੱਟ ਕੇ ਉਹਨੂੰ ਸਾਫ਼ ਕਰ ਲਓ, ਸਾਫ਼ ਕਰਕੇ ਉਹਨੂੰ ਦੌਰੀ ਵਿੱਚ ਰਗੜ ਲਓ, ਥੋੜਾ ਪਾਣੀ ਪਾਓ, ਹੁਣ ਸਾਰੇ ਟੱਬਰ ਜਿੰਨਾ ਪਾਣੀ ਪਾ ਲਓ। ਜਦੋਂ ਬਿਲਕੁਲ ਰਗੜੀ ਗਈ, ਜੇ ਦੌਰੀ ਸੋਟਾ ਨਹੀਂ ਅੱਜ ਕੱਲ੍ਹ ਹੈਗਾ ਤਾਂ ਮਿਕਸੀ ਵਿੱਚ ਪਾ ਲਓ, ਉਹਨੂੰ ਕੁਤਰਾ ਕਰਕੇ ਮਿੱਟੀ ਮਿਕਸੀ ਵਿੱਚ ਪਾ ਕੇ ਥੋੜਾ ਪਾਣੀ ਪਾ ਕੇ ਰਗੜ ਲਓ, ਤੇ ਅੱਧਾ ਅੱਧਾ ਗਲਾਸ ਸਾਰੇ ਟੱਬਰ ਨੂੰ ਦੇ ਦਿਓ। 3 ਮਹੀਨਿਆਂ ਵਿੱਚ ਹਸਪਤਾਲ ਬੰਦ ਹੋ ਜਾਣਗੇ। ਮੇਰੇ ਕੋਲ ਸ਼ਰਤ ਲੈ ਲਓ, ਲਿਖ ਕੇ ਲੈ ਲਓ, ਐਫੀਡੇਵਿਟ ਲੈ ਲਓ, 3 ਹਫ਼ਤਿਆਂ ਵਿੱਚ ਕੋਈ ਬਿਮਾਰ ਨਹੀਂ ਹੋਏਗਾ, ਕੈਂਸਰ ਨਹੀਂ ਕਿਸੇ ਨੂੰ ਹੋਏਗਾ। ਚਲੋ ਇੱਕ ਗੱਲ ਹੋਰ, ਕੋਈ ਬਿਮਾਰੀ ਨਹੀਂ ਹੋਏਗੀ, ਹਸਪਤਾਲ ਬੰਦ ਹੋਣੇ ਸ਼ੁਰੂ ਹੋ ਜਾਣਗੇ। ਘਰ ਵਿੱਚ ਕਦੀ ਮਠਿਆਈ ਨਾ ਵਾੜੋ, ਦਿਲ ਕਰਦਾ ਤੇ ਬੇਸਣ ਲੈ ਲਓ, ਲੱਡੂ ਲੈ ਲਓ, ਲੱਡੂ ਵਿੱਚ ਵੀ ਖੰਡ, ਜੇ ਬੇਸਣ ਵਿੱਚ ਵੀ ਖੰਡ ਹੈ ਪਰ ਸਿੰਥੈਟਿਕ ਨਹੀਂ ਹੈਗਾ, ਜਲੇਬੀ ਵਿੱਚ ਵੀ ਖੰਡ ਹੈ। ਮੈਂ ਖੰਡ ਵਰਤਣਾ ਹੀ ਨਹੀਂ ਚਾਹੁੰਦਾ, ਜੇ ਮੈਂ ਹੈਲਥ ਮਿਨਿਸਟਰ ਹੋਵਾਂ, ਚਿੱਟੀ ਖੰਡ, ਚਿੱਟੇ ਚਾਵਲ ਤੇ ਚਿੱਟੀ ਲੂਣ ਬੰਦ ਹੀ ਕਰਾ ਦਿਆਂ, ਚਾਹ ਬੰਦ ਕਰਾ ਦਿਆਂ। ਬਿਮਾਰੀ ਦਾ ਘਰ ਹੈ ਸਾਰੇ, ਮਠਿਆਈ ਨਾ ਖਰੀਦੋ, ਘਰ ਬਣਾ ਲਓ ਯਾਰ, ਸ਼ੱਕਰ ਪਾ ਲਓ, ਗੁੜ ਪਾ ਲਓ,
ਔਰਗੈਨਿਕ ਲੈ ਲਓ ਪਰ ਖੰਡ ਨਾ ਵਰਤੋ, ਬਿਮਾਰੀ ਘਰ ਚ ਨਾ ਲਿਆਓ, ਪਨੀਰ ਘਰ ਚ ਨਾ ਲਿਆਓ।